ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਨਿਊ ਬਲੌਗ। ਕਿਵੇਂ ਹੋ ਸਾਰੇ? ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ। ਆਪਾਂ ਜਾਣਾ ਡੇਰਾ ਬਾਬਾ ਨਾਨਕ ਤੋਂ, ਹੋ ਗਏ ਤਿਆਰ, ਆਪਾਂ ਬੈਗ ਚੱਕ ਲਏ ਅਤੇ ਅੱਜ ਆਪਾਂ ਜਾਵਾਂਗੇ ਅੰਮ੍ਰਿਤਸਰ, ਹਰਿਮੰਦਰ ਸਾਹਿਬ ਮੱਥਾ ਟੇਕ ਕੇ ਜਾਵਾਂਗੇ ਅਤੇ ਹਰਿਮੰਦਰ ਸਾਹਿਬ ਦੇ ਕਰਾਉਣੇ ਆ ਦਰਸ਼ਨ, ਅੰਮ੍ਰਿਤਸਰ ਦਿਖਾਵਾਂਗੇ ਅਤੇ ਡੇਰਾ ਬਾਬਾ ਨਾਨਕ ਤੋਂ ਚੱਲਣ ਲੱਗੇ ਹਾਂ। ਡੇਰਾ ਬਾਬਾ ਨਾਨਕ ਦੇ ਬੱਸ ਸਟੈਂਡ ਤੋਂ ਬੱਸ ਲੈਂਦੇ ਹਾਂ ਅੰਮ੍ਰਿਤਸਰ ਲਈ, ਸਿੱਧੀ ਬੱਸ ਉਹਨੂੰ ਮਿਲ ਜਾਂਦੀ ਆ। ਚਲੋ ਬਲੌਕ ਚੈਂਡ ਤੱਕ ਬਣੇ ਰਹੋ, ਠੀਕ ਹੈ ਜੀ। ਹੁਣ ਆਪਾਂ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਜਾਵਾਂਗੇ, ਫਿਰ ਬੱਸ ਲਵਾਂਗੇ ਅੰਮ੍ਰਿਤਸਰ ਦੀ ਅਤੇ ਸਾਹਮਣੇ ਦਰਬਾਰ ਸਾਹਿਬ ਨਵੇਂ ਬਣਾਏ ਜਾ ਰਹੇ ਨੇ। ਆਪਾਂ ਜਾ ਰਹੇ ਹਾਂ ਹੁਣ ਡੇਰਾ ਬਾਬਾ ਨਾਨਕ ਦੇ ਬੱਸ ਸਟੈਂਡ ਨੂੰ। ਆਹ ਸਿੱਧੀ ਸੜਕ ਡੇਰਾ ਬਾਬਾ ਨਾਨਕ ਦੇ ਬੱਸ ਸਟੈਂਡ ਨੂੰ ਜਾਂਦੀ ਆ ਅਤੇ ਬੱਸ ਸਟੈਂਡ ਤੋਂ ਬੱਸ ਮਿਲੂ ਆਪਾਂ ਨੂੰ ਅੰਮ੍ਰਿਤਸਰ ਵਾਲੀ, ਅੰਮ੍ਰਿਤਸਰ ਵਾਲੀ ਬੱਸ ਲੈਂਦੇ ਹਾਂ, ਦੇਖਦੇ ਹਾਂ ਜਾ ਕੇ ਬੱਸ ਲੱਗੀ ਹੋਈ ਆ ਜਾਂ ਕਿਵੇਂ, ਸਾਰਾ ਪ੍ਰੋਸੈਸ ਪਤਾ ਲੱਗੂ ਜਾ ਕੇ ਆਪਾਂ ਨੂੰ। ਆ ਗਏ ਆਪਾਂ ਡੇਰਾ ਬਾਬਾ ਨਾਨਕ ਦੇ ਬੱਸ ਸਟੈਂਡ, ਅਤੇ ਇੱਧਰ ਡੇਰਾ ਬਾਬਾ ਨਾਨਕ ਦਾ ਬੱਸ ਸਟੈਂਡ ਆ, ਇੱਥੋਂ ਪਤਾ ਕਰਦੇ ਹਾਂ ਬੱਸ ਬਾਰੇ। ਉਹਦੇ ਆ ਸਾਹਮਣੇ ਬੱਸਾਂ ਖੜੀਆਂ ਨੇ ਅਤੇ ਪੁੱਛ ਮੜੀ ਜੀ ਬਾਰੇ ਬੱਸ। ਆ ਬੱਸ ਜਾਣੀ ਆ ਅੰਮ੍ਰਿਤਸਰ ਨੂੰ ਚੌਧਰੀ, ਅਤੇ ਇੱਧਰ ਲੱਗੀ ਹੋਈ ਆ ਡੇਰਾ ਬਾਬਾ ਨਾਨਕ ਦੇ ਬੱਸ ਸਟੈਂਡ 'ਚ, ਬਾਕੀ ਇੱਧਰ ਹੋਰ ਬੱਸਾਂ ਵੀ ਲੱਗੀਆਂ ਹੋਈਆਂ ਨੇ। ਬੈਠਦੇ ਹਾਂ ਬੱਸ 'ਚ, ਹਲੇ ਸਟਾਰਟ ਤਾਂ ਹੋਈ ਨਹੀਂ, ਟਾਈਮਿੰਗ ਪਤਾ ਨਹੀਂ ਕੀ ਆ। ਇੱਧਰ ਆ ਗਏ ਅਸੀਂ ਚਾਹ ਪੀਣ, ਹਲੇ ਬੱਸ ਚੱਲਣ 'ਚ ਟਾਈਮ ਸੀ 8:40 'ਤੇ ਬੱਸ ਚੱਲਣੀ ਆ ਆਪਣੀ, 8:30 'ਚ ਹਲੇ ਪੂਰੇ ਵੱਜੇ ਨਹੀਂ ਹੈਗੇ ਅਤੇ ਬੱਸ ਸਟੈਂਡ ਦੇ ਮੂਹਰੀ ਦੁਕਾਨ ਸੀ ਚਾਹ ਵਾਲੀ, ਇੱਥੇ ਚਾਹ ਪੀਣ ਆ ਗਏ, ਚਾਹ ਪੀ ਕੇ ਫਿਰ ਬੈਠਦੇ ਹਾਂ ਬੱਸ। ਲਓ ਜੀ ਲੱਗਿਆ ਚਾਹ ਪੀਣ। ਕਿਤੇ ਉਹ ਗਾਣਾ ਲਾਉਣਾ ਆਪਾਂ, ਕਿਹੜਾ ਗਾਣਾ ਭੁੱਲੇ ਜਾ ਯਾਰ, ਘੈਂਟ ਬਣਾਈ ਆ ਬਾਈ ਨੇ ਚਾਹ, ਵੇਖ ਪੀ ਕੇ ਕੀ ਕਹਿੰਦੇ, ਵਧੀਆ। ਹਾਂ ਬਾਈ ਨੇ ਬਣਾਈ ਆ ਚਾਹ ਆਪਣੇ ਵਾਸਤੇ, ਹੈ ਗਾਣਾ ਯਾਦ ਕਰ। ਇੱਧਰ ਸਾਹਮਣੇ ਸੀਵਰੇਜ ਪਈ ਜਾਂਦੀ ਆ ਡੇਰਾ ਬਾਬਾ ਨਾਨਕ ਸੀਵਰੇਜ ਲਈ, ਆ ਪੱਟੀ ਹੋਈ ਆ ਮਿੱਟੀ। ਲਓ ਜੀ ਬੱਸ ਆਪਣੀ ਲੱਗੀ ਆ ਚੱਲਣ ਡੇਰਾ ਬਾਬਾ ਨਾਨਕ ਤੋਂ ਬੱਸ ਸਟੈਂਡ 'ਚੋਂ। ਆਪਾਂ ਪਹੁੰਚ ਗਏ ਅੰਮ੍ਰਿਤਸਰ ਅਤੇ ਇੱਧਰ ਉੱਤਰ ਗਏ ਚੌਂਕ 'ਚ, ਇੱਥੋਂ ਜਾਂਦੇ ਹਾਂ ਆਪਾਂ ਗੋਲਡਨ ਟੈਂਪਲ ਨੂੰ ਅਤੇ ਆਹ ਮੁੰਡਾ ਕਹਿੰਦਾ ਇੱਥੇ ਉਤਰੋ ਅਤੇ ਹੁਣ ਉਹਨੂੰ ਨੈਵੀਗੇਸ਼ਨ ਲਾ ਕੇ ਤੁਰਕੀ ਜਾਵਾਂਗੇ, ਠੀਕ ਆ। ਚੌਂਕ ਤਾਂ ਪਤਾ ਨਹੀਂ ਹੈ ਕਿਹੜਾ, ਅਤੇ ਉਰੇ ਆਟੋ ਵਗੈਰਾ ਬਹੁਤ ਖੜ੍ਹੇ ਨੇ, ਰੌਲਾ ਬਹੁਤ ਪੈਂਦਾ, ਰੋਡ ਪੂਰਾ ਚੱਲ ਰਿਹਾ ਦੇਖ ਵੀ। ਅਤੇ ਅਸੀਂ ਹੁਣ ਨੈਵੀਗੇਸ਼ਨ ਲਾ ਰਹੇ ਹਾਂ, ਨੈਵੀਗੇਸ਼ਨ 'ਚ ਸਾਰੇ ਜਾਵਾਂਗੇ ਗੋਲਡਨ ਟੈਂਪਲ। ਟਾਈਮ ਹੋ ਗਿਆ 10:30 ਵੱਜ ਗਏ, 10:30 ਪਹੁੰਚ ਗਏ ਆਪਾਂ ਅੰਮ੍ਰਿਤਸਰ। ਅੰਮ੍ਰਿਤਸਰ ਦੀਆਂ ਸੜਕਾਂ 'ਤੇ ਅਸੀਂ ਫਿਰ ਰਹੇ ਹਾਂ ਅਤੇ ਇੱਥੋਂ ਹੁਣ ਗੋਲਡਨ ਟੈਂਪਲ ਦਾ ਰਾਸਤਾ ਪੁੱਛਿਆ, ਨੈਵੀਗੇਸ਼ਨ ਸਾਡਾ ਕੰਮ ਨਹੀਂ ਕਰਿਆ, ਉਰੋਂ ਨੇੜੀ ਆ ਗੋਲਡਨ ਟੈਂਪਲ। ਮੈਂ ਕਿਹਾ ਸੀ ਇਹਨੂੰ ਵੀ ਬੱਸ ਸਟੈਂਡ ਚੱਲਦੇ ਹਾਂ, ਇਹ ਮੰਨਿਆ ਨਹੀਂ, ਉਰੋਂ ਨਿਕਲਣਾ। ਇਹ ਅੰਮ੍ਰਿਤਸਰ ਸ਼ਹਿਰ, ਹੁਣ ਅਸੀਂ ਸਿੱਧੇ ਰਾਹ ਪਏ ਹਾਂ ਅਤੇ ਆਹ ਰਾਸਤਾ ਜਾਊ ਜਾ ਰਹੇ ਹਾਂ। ਸੁੱਖ ਕਹਿੰਦਾ ਮੈਂ ਕਵਰ ਲੈਣਾ, ਇਹ ਕਵਰ ਲੈਣ ਲੱਗ ਗਿਆ ਇੱਥੇ ਫੋਨ ਦਾ, ਰਸਤੇ 'ਚ ਦੁਕਾਨ ਸੀ, ਕਰ ਵੀ ਪਸੰਦ ਆ ਕਿਹੜਾ ਲਈਏ, ਐਕਸਆਰ ਹੁਣ ਤਾਂ ਚੱਲਦੇ ਨੇ ਅੱਜ ਕੱਲ੍ਹ, ਪਰ ਹੋਰ ਲੈ ਲਾ ਕੋਈ, ਇਹ ਨਹੀਂ ਵਧੀਆ ਯਾਰ, ਜਾਂ ਕੁੜੀ ਦਾ ਆਓ ਦੇਖ ਪਾ ਕੇ। ਬਸ ਓਕੇ ਆ, ਦੇਖਾਂ
चल ठीक आ घेंट लगता हूं ना बादल माजा हो गया आ ले लिया कवर मुंडे ने हाँ जी चेंज करती सलाह हूँ दूजा ले लिया कवर आह लो जी घंटा भाई भी हले पैदल जा रहे हैं असी इतों हैगा हरिमंदर साहब 1.5 किलोमीटर आ देखो पुरानी इमारत इधर दिख रही ने बहुत वधिया लग रही ने आए तो असं पहला भी हाँ अमृतसर हम इन्ना भेद नहीं है सानू भी कितने उतरना कितने ना पैदल जा रहे हैं हूँ श्री हरिमंदर साहब दरबार साहब नू बस पहुँचने वाले आप श्री दरबार साहब के नेड़े आ मार्केट चल पी जी गुरद्वारा साहब के लवे आ इत एको जे बोर्ड ने जिमें आ दुकाना तुम दिख रहे हैं बोर्ड एको जे लाए हुए हैं अलग अलग नौ लिखे हुए हैं बहुत बड़ा बाजार आ बहुत सोहना लग रहा आ जोड़े बोर्ड लगे हुए हैं उपर एको जे लगते हैं रात में तो यह होर भी वधिया लगते हो गए लो जी हरिमंदर साहब आप पहुंच गए गोल्डन टैंपल अमृतसर इतों की एंट्री होंगी इधर ड्यूटी साहब ने जोड़े जमा करवा के अपने बैग जमा करवा के चलांगे मत्था टेकांगे दर्शन करांगे गुरुद्वारा साहब के उधर सामने जोड़ा घर ने गठड़ी घर ने इतने आपके जोड़े जमा करवावे बैग जमा करवावे फिर उस तो बाद अंदर चलते हैं दर्शन कर जोड़े आप जमा कराते गठड़ी घर च बैग जमा करवाते हूँ अंदर चलते हैं मत्था टेकन जाने ठीक है तो कराने थोड़ा दरबार साहब के दर्शन जिनी क वीडियो बना सके अंदर उन्नी क जरूर बनावे तो चलो जिते तो बना नहीं सकते उत्थे पता ही है तुम ठीक है लो जी दरबार साहब च आप एंटर कर लगे हाँ तो हम असं मत्था टेकन जा रहे हैं लाइन च लगते हैं जाके दर्शन करके असी आ गए बाहर मत्था टेक गए दरबार साहब च बहुत सुकून मिले मत्था टेक के बहुत संगत आई हुई ने कृपा
ਆਪਾਂ ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਆ ਗਏ, ਬੈਗ ਚੱਕ ਲਏ ਅਤੇ ਹੁਣ ਚੱਲਦੇ ਹਾਂ ਬੱਸ ਸਟੈਂਡ ਨੂੰ। ਠੀਕ ਆ, ਅਤੇ ਪਹਿਲਾਂ ਆਪਾਂ ਆਹ ਸਾਈਡ ਤੋਂ ਦੀ ਆਏ ਸੀ ਬੱਸ ਸਟੈਂਡ ਕੰਨੀਓ, ਜਦ ਆਏ ਹਾਂ ਅਤੇ ਹੁਣ ਆਹ ਪਾਸੇ ਜਾਵਾਂਗੇ। ਇੱਧਰ ਦੀ ਮੇਨ ਐਂਟਰੀ ਆ, ਮੇਨ ਐਂਟਰੀ ਤਾਂ ਸਾਰੇ ਪਾਸੇ ਹੁੰਦੀ ਵਾ, ਜਿਹੜੇ ਮਰਜ਼ੀ ਰਸਤੇ ਆ ਜਾਓ। ਅਤੇ ਹੁਣ ਮੇਰੇ ਨਾਲ ਦਾ ਸਾਥੀ ਕਹਿੰਦਾ ਆਪਾਂ ਆਹ ਰਾਹ ਜਾਣਾ, ਹੁਣ ਅਸੀਂ ਆਹ ਰਾਹ ਜਾਵਾਂਗੇ ਅਤੇ ਫਿਰ ਬੱਸ ਸਟੈਂਡ ਪਹੁੰਚਦੇ ਹਾਂ, ਲੈਂਦੇ ਹਾਂ ਪਿੰਡ ਨੂੰ ਉੱਥੋਂ ਬੱਸ। ਅਤੇ ਹੁਣ ਅਸੀਂ ਇੱਧਰਲੇ ਪਾਸੋਂ ਦੀ ਜਾ ਰਹੇ ਹਾਂ, ਬਹੁਤ ਸੋਹਣਾ ਬਾਜ਼ਾਰ ਇਹ ਬਣਿਆ ਹੋਇਆ। ਕਿਸੇ ਵਾਰ ਫਿਰ ਟੂਰ ਕੱਢਾਂਗੇ ਸਪੈਸ਼ਲ ਅੰਮ੍ਰਿਤਸਰ ਦਾ, ਇਹ ਤਾਂ ਅਸੀਂ ਦਰਸ਼ਨ ਕਰਨੇ ਆਏ ਸੀ, ਤੁਹਾਨੂੰ ਥੋੜ੍ਹਾ ਥੋੜ੍ਹਾ ਦਿਖਾ ਰਹੇ ਹਾਂ, ਦੇਖ ਲਓ ਮੱਥਾ ਟੇਕਣ ਆਏ ਹਾਂ ਤਾਂ ਅਸੀਂ, ਫਿਰ ਸਾਰਾ ਅੰਮ੍ਰਿਤਸਰ ਟੂਰ ਕਰਾਂਗੇ ਆਪਾਂ, ਜੋ ਜੋ ਵੀ ਹੈਗਾ ਅੰਮ੍ਰਿਤਸਰ 'ਚ ਉਹ ਦਿਖਾਵਾਂਗੇ, ਜਿਵੇਂ ਜਲਿਆਣਾ ਬਾਗ। ਬਾਕੀ ਹੁਣ ਸਾਨੂੰ ਪਹਿਲਾਂ ਹੀ 3-4 ਦਿਨ ਹੋ ਗਏ ਆਇਆਂ ਨੂੰ, ਅਤੇ ਬਸ ਆਪਾਂ ਦਰਸ਼ਨ ਕਰਨੇ ਸੀ, ਮੇਨ ਉਹ ਕਰ ਲਏ। ਕਲਰ ਮਿਲੇਗਾ ਇਸ ਸਾਈਡ। ਆ ਲੱਗਿਆ ਇੱਕ ਸਟੈਚੂ ਮੂਹਰੇ, ਅਤੇ ਬਹੁਤ ਸੋਹਣਾ ਲੱਗ ਰਿਹਾ ਜੀ। ਸਰ ਲੋਕਲ ਜਿਹੜੇ ਘੁੰਮਣ ਵਾਸਤੇ ਗੁਰਦੁਆਰੇ ਸਾਹਿਬ ਦੀ ਯਾਤਰਾ ਵਾਸਤੇ, ਚਲੋ ਜੀ। ਆ ਗੇਟ ਬਣੇ ਹੋਏ ਨੇ ਐਂਟਰੀ 'ਤੇ, ਬਾਕੀ ਇੱਧਰ ਬਾਜ਼ਾਰ ਰਹਿ ਗਿਆ ਹੋਰ ਦੂਜਾ ਬਾਜ਼ਾਰ। ਇੱਧਰ ਰੁਕੇ ਹਾਂ ਅਸੀਂ ਕੁਛ ਖਾਣ, ਕਿਉਂਕਿ ਹੁਣ ਖਾ ਪੀ ਕੇ ਬੱਸ ਬੈਠਾਂਗੇ ਪਿੰਡ ਨੂੰ ਜਾਵਾਂਗੇ, ਫਿਰ ਰਸਤੇ 'ਚ ਭੁੱਖ ਲੱਗੀ ਜਾਊ, ਖੜ੍ਹਦਾ ਪਊ। ਕਰਿਆ ਮੈਨਿਊ ਕੀ ਆਇਆ ਵੀ ਪਸੰਦ? ਰੇਟ ਤਾਂ ਫਿਰ ਹੁਣ ਸ਼ਹਿਰ ਦੇ ਹਿਸਾਬ ਨਾਲ ਹੈਗਾ ਹੀ ਆ ਬਾਈ, ਦੇਖ ਲਓ ਕੋਈ ਚੀਜ਼, ਅਸੀਂ ਦੇਖ ਕੇ ਕਰਦੇ ਹੁੰਦੇ ਹਾਂ ਚੀਜ਼, ਐਂ ਨਹੀਂ ਹੈਗਾ ਖਿਲਾਉਣ ਨੂੰ, ਤਾਂ ਅਸੀਂ ਪੈਸੇ ਲਾ ਦਈਏ ਕੋਈ ਚੱਕਰ ਨਹੀਂ, ਪਰ ਅਸੀਂ ਬਜਟ 'ਚ ਘੁੰਮਣਾ ਹੁੰਦਾ ਕਿ ਨਹੀਂ ਵੀ। ਠੀਕ ਹੈ ਜੀ, ਆਹ ਆਏ ਨੇ ਪਰੌਂਠੇ ਅਤੇ ਆਹ ਹੀ ਆ ਦਹੀਂ ਆਪਣੀ, ਲਿਆਓ ਜੀ ਪਲੇਟਾਂ। ਫੋਨ ਚੱਕ ਲਾ ਪਰੇ ਪਾਓ ਵੀਰ, ਪਾਣੀ ਤਾਂ ਪੀਂਦੇ ਨੀ ਹੈਗਾ ਸੀ ਉੱਪਰ ਦੀ, ਅਸੀਂ ਚੱਲ ਪਏ ਬੱਸ ਸਟੈਂਡ ਨੂੰ, ਆਟੋ ਲੈ ਲਿਆ ਇੱਥੋਂ ਅਤੇ ਹੁਣ ਬੱਸ ਸਟੈਂਡ ਮਿਲਦੇ ਹਾਂ ਜਾ ਕੇ, ਰੋਟੀ ਪਾਣੀ ਆਪਾਂ ਖਾ ਲਿਆ, ਪੇਟ ਪੂਜਾ ਕਰ ਲਈ, ਅਤੇ ਹੁਣ ਬੱਸ ਦੇਖਦੇ ਹਾਂ ਜਾ ਕੇ ਮਿਲਦੀ ਆ ਸਿੱਧੀ ਖੰਨੇ ਵਾਲੀ। ਠੀਕ ਹੈ, ਲਓ ਵੀ ਬੱਸ ਸਟੈਂਡ ਪਹੁੰਚ ਗਏ ਆਪਾਂ ਅੰਮ੍ਰਿਤਸਰ ਦੇ ਬੱਸ ਸਟੈਂਡ, ਇੱਥੋਂ ਬੱਸ ਲੈਂਦੇ ਹਾਂ ਸਿੱਧੀ ਖੰਨਾ, ਪਟਿਆਲੇ ਤੱਕ ਜਾਊ ਜਿਹੜੀ ਗਾਹਾਂ ਮਿਲ ਜਾਂਦੀ ਹੁੰਦੀ ਆ, ਦਿੱਲੀ ਵਾਲੀ ਬੱਸ ਮਿਲ ਜਾਂਦੀ ਉਹ ਛੇਤੀ ਜਾਂਦੀ ਆ ਹਾਈਵੇ 'ਤੇ, ਉਹ ਦੇਖਦੇ ਹਾਂ ਪੁੱਛਦੇ ਹਾਂ ਉਰੇ। ਉਧਰੀ ਸਾਈਡ ਜਾਣਾ ਪਊ, ਆਹੋ ਅਤੇ ਹੁਣ ਦੂਜੇ ਪਾਸੇ ਜਾਂਦੇ ਹਾਂ ਬੱਸ ਸਟੈਂਡ 'ਤੇ ਆਪਾਂ, ਬੜੇ ਰੂਟ ਵਾਲੀਆਂ ਬੱਸਾਂ ਉੱਧਰ ਹੋਣਗੀਆਂ, ਇਹ ਸਾਰੀਆਂ ਮਿੰਨੀਆਂ ਬੱਸਾਂ ਨੇ ਉਰੇ ਜਿਹੜੀਆਂ ਅੰਮ੍ਰਿਤਸਰ ਦੇ ਲਵੇ ਲਾਉਣੇ ਦੇ ਪਿੰਡਾਂ 'ਚ ਜਾਂਦੀਆਂ ਨੇ 20-50 ਕਿਲੋਮੀਟਰ ਦੇ ਏਰੀਏ 'ਚ। ਉੱਧਰ ਦੇਖਦੇ ਹਾਂ ਜਾਓ, ਉੱਥੇ ਹੋਣਗੀਆਂ ਸ਼ਾਇਦ। ਹੁਣ ਅਸੀਂ ਬੱਸ ਸਟੈਂਡ ਦੇ ਦੂਜੇ ਪਾਸੇ ਆ ਗਏ, ਉਰੇ ਦੇਖਦੇ ਹਾਂ ਪੁੱਛਦੇ ਹਾਂ, ਆਹ ਦੇਖਣ ਲਿਖੇ ਹੋਏ
यार नाम इतने लिखे हुए ने बोर्ड लगे हुए ने सारे पासे इतों पता लग जू पढ़ के लो जी मिल गई बस आप सीधी ये बस च लगे बैठना देख भी सीट मुंडिया मूहरे चला हेलो हेलो बस च बह गए आप बस स्टार्ट खड़ी आ सीधी बस मिल गई आप खन्ने की अमृतसर तो बाईपास जाऊ तो जल्दी जाऊगी बाकी मिलते हैं हम खन्ने पहुँच गए ठीक है करते हैं सफर इंजॉय इधर मुंडे का आ गया रिजल्ट एम ए का रिजल्ट आना चाहिए एम ए का रिजल्ट आ गया चेक करता देखते हैं की बनता कल भी कल चेक कर रहे हैं बाकी चेक करके दस दें लॉग इन करना तू कर ਲੈ ਵੀ ਦੇਖ ਰਿਹਾ ਰਿਜ਼ਲਟ ਮੁੰਡਾ ਕੱਢ ਕੇ ਕੱਢਿਆ ਖੋਲ 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 ਪਾਸ ਆ ਦੱਸਦਾ ਨਹੀਂ ਕੁਛ ਮੈਨੂੰ ਕਿਹੜਾ ਦੇਖਣਾ ਹੋਗਾ ਯਾਰ ਤੇ ਲਿਖਿਆ ਨਹੀਂ ਹੋਇਆ ਪਾਸ ਪਾਸ ਤਾਂ ਮੈਂ ਬਸ ਫਿਰ ਹੋ ਗਿਆ ਪਾਸ ਹੈ ਹੋ ਗਿਆ ਹਾਂ ਕਿੰਨੀ ਬਣੀ ਗ੍ਰੇਡ ਆਹ ਬਣੀ ਆ 8.42 ਕਿੰਨੇ ਚੋਂ 10 ਚੋਂ ਲੈ ਵੀ ਹੋ ਗਿਆ ਪਾਸ ਮਤਲਬ ਪਾਰਟੀ ਹੋ ਗਈ ਪਾਰਟੀ ਹੋਊਗੀ ਚੜ੍ਹਾਈ ਹੋਊਗੀ ਜੇ ਪਹਿਲਾਂ ਆਇਆ ਹੁੰਦਾ ਤੈਨੂੰ ਮੈਂ ਪਾਰਟੀ ਕਰ ਦਿੰਦਾ ਅੰਬਰਸਰੇ ਕੋਈ ਨਹੀਂ ਪੈਠ ਲੈਂਦੇ ਜਾ ਕੇ ਮਲੋਹ ਆਉਣਾ ਕੱਲ੍ਹ ਨੂੰ ਦਿਲ ਵੇ ਚਾਂਪ ਖਾਂਦੇ ਹਾਂ ਉਹ ਚਾਂਪ ਨਹੀਂ ਹੁਣ ਗਾਂ ਹੋਰ ਕੁਛ ਖਾਵਾਂਗੇ ਚੱਲ ਹੋਰ ਖਵਾ ਦੀ ਜਲੰਧਰ ਪਹੁੰਚ ਗਏ ਆਪਾਂ ਜਲੰਧਰ ਬੱਸ ਸਟੈਂਡ 'ਚ ਅਤੇ ਜਲੰਧਰ ਬੱਸ ਸਟੈਂਡ 'ਚ ਬੱਸ ਆ ਕੇ ਖੜ੍ਹੀ ਆ ਪਹਿਲਾਂ ਅਸੀਂ ਪੁੱਛ ਕੇ ਚੜ੍ਹੇ ਸੀ ਵੈਸੇ ਕਿ ਬਾਈਪਾਸ ਵਾਲੀ ਆ ਜਦ ਕਹਿੰਦੇ ਬਾਈਪਾਸ ਵਾਲੀ ਆ ਹੁਣ ਬੱਸ ਸਟੈਂਡ 'ਚ ਲਿਆਏ ਤੋਂ ਹੁਣ ਵੇਟ ਤਾਂ ਕਰਨੀ ਪੈਣੀ ਆ ਬੱਸ 'ਚ ਬੈਠੇ ਹਾਂ ਅਤੇ ਸੰਤਰੇ ਵਾਲੀਆਂ ਖਾ ਰਹੇ ਹਾਂ ਗੋਲੀਆਂ ਠੀਕ ਆ ਅਤੇ ਥੱਕ ਬਹੁਤ ਗਏ ਸਫ਼ਰ ਲੰਬਾ ਸੀਗਾ ਅਤੇ ਹਾਲੇ ਵੀ ਕਾਫੀ ਪਿਆ ਸਫ਼ਰ ਆਪਣਾ ਥੰਨੇ ਤੱਕ ਦਾ ਥੰਨੇ ਤੱਕ ਦਾ ਕਿ ਪਿੰਡ ਵੀ ਬੱਸ 'ਚ ਜਾਣਾ ਹੋਰ ਵੀ ਕੋਈ ਸਮਾਚਾਰ ਓਕੇ ਇਹਦਾ ਰਿਜ਼ਲਟ ਆ ਗਿਆ ਅੱਜ ਪਾਰਟੀ ਲੈਂਦੇ ਹਾਂ ਉਹ ਸੰਤਰੇ ਵਾਲੀਆਂ ਗੋਲੀਆਂ ਮਸਾਂ ਖਵਾਈਆਂ ਨੇ ਉਹ ਵੀ ਮੈਂ ਖਵਾਈਆਂ ਨੇ ਕਿੱਥੇ ਖਵਾਈਆਂ ਨੇ ਕੀ ਕਰੀ ਜਾਂਦਾ ਖਵਾ ਦਾਂਗੇ ਆਹ ਖਾ ਰਹੇ ਹਾਂ ਜਲੰਧਰ ਦੇ ਬੱਸ ਸਟੈਂਡ 'ਚ ਬੈਠੇ ਆਹ ਗੋਲੀਆਂ ਦਿਖਾਈ ਤਾਂ ਮੜੀ ਹੋਈਆਂ ਬਾਈ ਦੇਖ ਲਾ ਖਾਣੀ ਨਹੀਂ ਪਰਤ ਆਹ ਲਓ ਅਲਰਜੀ ਆਉਂਦੀ ਸੀ ਪਹਿਲਾਂ ਚੱਲ ਫੜ ਨਿਕਲਿਆ ਬਾਈ ਹਾਂਜੀ ਆਪਾਂ ਆ ਗਏ ਸੀਗੇ ਰਾਤ ਘਰੇ ਉਸ ਤੋਂ ਬਾਅਦ ਮੈਂ ਬਲੌਗ ਸ਼ੂਟ ਨਹੀਂ ਕੀਤਾ ਤਕਰੀਬਨ 5:30 ਆਪਾਂ ਖੰਨੇ ਪਹੁੰਚ ਗਏ ਸੀਗੇ 5:30 ਖੰਨੇ ਉਹ ਬੱਸ ਲੈਤੀ ਪਿੰਡ ਵਾਲੀ ਐਨ ਪੂਰੇ ਪੂਰੇ ਟਾਈਮ 'ਤੇ ਆਪਾਂ ਨੂੰ ਬੱਸ ਮਿਲੀ ਅਤੇ 6:30 ਆਪਾਂ ਆ ਗਏ ਸੀਗੇ ਘਰੇ ਬਾਕੀ ਆਪਣਾ ਟੂਰ ਵਧੀਆ ਰਿਹਾ ਸਫ਼ਰ ਬਹੁਤ ਵਧੀਆ ਰਿਹਾ ਤੁਸੀਂ ਵੀ ਸਾਰਿਆਂ ਨੇ ਵਧੀਆ ਰਿਸਪੋਂਸ ਦਿੱਤਾ ਮੈਂ ਪਿਛਲੇ ਬਲੌਗਸ ਦੇਖ ਰਿਹਾ ਸੀਗਾ ਚੈੱਕ ਕਰਕੇ ਵਿਊਜ਼ ਉਹਨਾਂ ਦੇ ਬਾਕੀ ਸਾਰਾ ਵਧੀਆ ਰਿਸਪੋਂਸ ਮਿਲਿਆ ਬਾਬੇ ਨਾਨਕ ਦੀ ਕਿਰਪਾ ਨਾਲ ਅਸੀਂ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਅਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਇਹ ਬਲੌਗ ਦਾ ਆਪਾਂ ਐਂਡ ਕਰਦੇ ਹਾਂ ਮਿਲਦੇ ਹਾਂ ਨੈਕਸਟ ਬਲੌਗ 'ਚ ਉਰੇ ਤੱਕ ਆਪਣਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਏ ਬਾਏ